ਉਧਰ ਚੰਡੀਗੜ੍ਹ 'ਚ ਮਿਠਾਈ ਦੀ ਦੁਕਾਨ 'ਚ ਭਿਆਨਕ ਅੱਗ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਪਾਇਆ। ਫਾਇਰ ਬ੍ਰਿਗੇਡ ਦਾ ਇੱਕ ਮੁਲਾਜ਼ਮ ਵੀ ਇਸ ਪੂਰੇ ਹਾਦਸੇ 'ਚ ਜ਼ਖਮੀ ਹੋ ਗਿਆ। ਜ਼ਖਮੀ ਨੂੰ PGI ਦਾਖਲ ਕਰਵਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਇੰਡਸਟਰੀਅਲ ਏਰੀਆ ਫੇਜ਼ 1 ਦੀ ਇਹ ਘਟਨਾ ਚੰਡੀਗੜ੍ਹ ਵਿਖੇ ਪੂਰੀ ਘਟਨਾ ਵਾਪਰੀ। ਮਿਠਾਈ ਦੀ ਦੁਕਾਨ 'ਤੇ ਭਿਆਨਕ ਅੱਗ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਇਸ ਪੂਰੇ ਹਾਦਸੇ 'ਚ ਇੱਕ ਮੁਲਾਜ਼ਮ ਵੀ ਫਾਇਰ ਬ੍ਰਿਗੇਡ ਦਾ ਜ਼ਖਮੀ ਹੋ ਗਿਆ, ਜਿਸ ਨੂੰ ਕਿ PGI ਦਾਖਲ ਕਰਵਾਇਆ ਗਿਆ। ਤੋ ਚੰਡੀਗੜ੍ਹ ਦੀ ਮਿਠਾਈ ਦੀ ਦੁਕਾਨ ਵਿਖੇ ਇਹ ਹਾਦਸਾ ਵਾਪਰਿਆ। ਇੰਡਸਟਰੀਅਲ ਏਰੀਆ ਫੇਜ਼ 1 ਦੀ ਇਹ ਘਟਨਾ ਹੈ, ਜਿੱਥੇ ਮਿਠਾਈ ਦੀ ਦੁਕਾਨ 'ਚ ਭਿਆਨਕ ਅੱਗ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ, ਪਰ ਇਸ ਪੂਰੇ ਮਾਮਲੇ 'ਚ ਇੱਕ ਮੁਲਾਜ਼ਮ ਵੀ ਫਾਇਰ ਬ੍ਰਿਗੇਡ ਵਿਭਾਗ ਦਾ ਜ਼ਖਮੀ ਹੋ ਗਿਆ, ਜਿਸ ਨੂੰ ਕਿ ਇਲਾਜ ਲਈ PGI ਭਰਤੀ ਕਰਵਾਇਆ ਗਿਆ।